अमृतपाल मामले दे नाल जुड़ी सब तो वड्डी खबर ने स्काई न्यूज़ पंजाब ते दस्तक दिती है। इस मामले दे विच हुण पंजाब दे विच पहली जमानत हुई है। गुरवंत सिंह नामक नौजवान की जमानत हुई है, जिसनों हुशियारपुर की पुलिस दे वल्लों 1 अप्रैल नूं गिरफ्तार किया गया सी। उस ते दोष लगाए गए सन कि अमृतपाल नूं इह नौजवान जिहड़ा है यूपी तो हुशियारपुर लैके पहुंचिया सी अपनी गड्डी दे विच, क्योंकि इह नौजवान जिहड़ा है कार चलाउण दा काम करदा है। जिसो बाद हुण हुशियारपुर दी माणयोग अदालत दे वल्लों जमानत दित्ती गई है इस नौजवान नूं। ता जदों पहला गुरवंत सिंह दी गिरफ्तारी होई सी तां पुलिस दे वल्लों उस दा 12 दिन दा पुलिस रिमांड हासिल किया गया सी। जिसो बाद 15 अप्रैल नूं वकील संदीप शर्मा दे वल्लों उस दी जमानत अर्जी माणयोग सिविल जज सिमरनदीप सिंह सोही दी अदालत दे विच लगाई गई अते 17 अप्रैल नूं बहस तों बाद जज ने उस नूं जमानत दिती है। ता जमानत मिलन तो बाद गुरवंत सिंह दा की कुछ कहना आओ सुनदे हां। अज जमानत होगी किदा महसूस हो रहा है कि तुहाडे नाल साथियां ने नाल करवाई नी? वधिया महाराज जी, कृपा चरण कराई। केडी जगह ते रहण वाले हां? मैं यूपी दे कपूरपुर यूपी। ते तुहानू अरेस्ट किन्ना दे पंजाब पुलिस ने कीता सी जां पंजाब पुलिस ने लिया? पंजाब। केडी तरीक नी? 1 तरीक। ਤੁਹਾਡੇ ਤਾਂ ਐਲੀਗੇਸ਼ਨ ਲੱਗੇ ਸੀ ਵੀ ਤੁਸੀਂ ਅੰਮ੍ਰਿਤਪਾਲ ਨੂੰ ਲਖੀਮਪੁਰ ਖੀਰੀ ਦੇ ਉੱਤੇ ਲੈ ਕੇ ਆਏ ਹੋ, ਕਿ ਵਾਕਈ ਤੁਸੀਂ ਉਹਨਾਂ ਨੂੰ ਕਦੀ ਮਿਲੇ ਹੋ ਜਾਂ ਕਿਦਾਂ? ਨਹੀਂ। ਉਧਰ ਵਕੀਲ ਸੰਦੀਪ ਸ਼ਰਮਾ ਦਾ ਕਹਿਣਾ ਕਿ ਗੁਰਵੰਤ ਸਿੰਘ ਦਾ ਪਿਛੋਕੜ ਬਿਲਕੁਲ ਸਾਫ਼ ਹੈ। ਉਸ ਉੱਪਰ ਪੁਲਿਸ ਦੇ ਵੱਲੋਂ ਆਰਮਸ ਐਕਟ ਦੀ ਧਾਰਾ ਦੇ ਤਹਿਤ ਝੂਠਾ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਸੀ, ਜਿਸ ਨੂੰ ਹੁਣ ਜ਼ਮਾਨਤ ਦਿੱਤੀ ਗਈ ਹੈ। ਜੋ ਪੁਲਿਸ ਦੇ ਐਲੀਗੇਸ਼ਨ ਸੀਗੇ, ਪੁਲਿਸ ਦੇ ਮੁਤਾਬਕ ਗੁਰਵੰਤ ਸਿੰਘ ਸਨ ਆਫ ਗੁਰਮੀਤ ਸਿੰਘ, ਜੋ ਕਿ ਡਰਾਈਵਰ ਹੈ ਮੁੰਡਾ, ਔਰ ਇਹਨਾਂ ਦਾ ਐਲੀਗੇਸ਼ਨ ਇਹ ਸੀਗਾ ਕਿ ਗੁਰਵੰਤ ਸਿੰਘ ਉਹ ਬੰਦਾ ਆ ਜਿਹੜਾ ਲਖੀਮਪੁਰ ਖੀਰੀ ਤੋਂ ਅੰਮ੍ਰਿਤਪਾਲ ਨੂੰ ਆਪਣੇ ਨਾਲ ਲੈ ਕੇ ਮਰਨਾਈਆਂ ਪਿੰਡ ਤੱਕ ਲੈ ਕੇ ਆਇਆ, ਔਰ ਉਸ ਤੋਂ ਬਾਅਦ ਇੱਥੋਂ ਅੰਮ੍ਰਿਤਪਾਲ ਦੇ ਨਾਲ ਉਹ ਇਹ ਅਲੱਗ ਹੋ ਗਿਆ, ਜੋ ਪੁਲਿਸ ਦਾ ਐਲੀਗੇਸ਼ਨ ਹੈ। ਔਰ ਇਹੀ ਗਰਾਊਂਡ ਦੇ ਉੱਤੇ ਇਹਨਾਂ ਨੇ ਇਹਦਾ ਰਿਮਾਂਡ ਲਿਆ, 12 ਦਿਨ ਰਿਮਾਂਡ 'ਤੇ ਵੀ ਰਿਹਾ ਹੈ ਮੁੰਡਾ। ਔਰ ਸਿਰਫ ਇਹਨੂੰ ਜਿਹੜੀ ਇਹਦੀ ਇਨੀਸ਼ਲੀ ਅਰੈਸਟ ਪਾਈ ਸੀ ਉਹ ਪਾਈ ਸੀ 279 ਦੇ ਵਿੱਚ, ਲੇਕਿਨ ਲੇਟਰ ਔਨ ਇਹਦੇ ਵਿੱਚ 212 ਇੱਕ ਐਡ ਕਰ ਦਿੱਤੀ ਗਈ, 120 ਵੀ ਐਡ ਕਰ ਦਿੱਤੀ ਗਈ, ਔਰ ਇਹਦੇ ਨਾਲ ਨਾਲ ਜਿਹੜਾ ਨੋਨ ਬੇਲੇਬਲ ਫੈਂਸ ਸੀਗਾ 25(1)(a) ਆਰਮਸ ਐਕਟ ਜਿਹੜਾ ਇਹਦੇ ਉੱਤੇ ਲਗਾਤਾ ਗਿਆ, ਜਿਹਦੇ ਵਿੱਚ ਕਿ ਇਹਨੂੰ 12 ਦਿਨ ਪੁਲਿਸ ਨੇ ਰਿਮਾਂਡ 'ਤੇ ਰੱਖਿਆ। ਔਰ ਉਸ ਰਿਮਾਂਡ ਦੇ ਦੌਰਾਨ ਕੁਛ ਵੀ ਇਹਦੇ ਕੋਲ ਇਲੀਗਲ ਵੈਪਨ ਜਾਂ ਕੋਈ ਵੀ ਵੈਪਨ ਦੀ ਰਿਕਵਰੀ ਇਹਦੇ ਕੋਲੋਂ ਨਹੀਂ ਹੋਈ। ਇਹਦੀ ਫਿਰ ਆਪਾਂ ਜ਼ਮਾਨਤ ਜਿਹੜੀ ਹੈ, ਇਹਦਾ ਰਿਮਾਂਡ ਖਤਮ ਹੋਣ ਤੋਂ ਬਾਅਦ 15 ਤਰੀਕ ਨੂੰ ਇਹਦੀ ਜ਼ਮਾਨਤ ਅਸੀਂ ਲਗਾਈ ਸੀਗੀ, ਅਤੇ 17 ਤਰੀਕ ਨੂੰ ਜਿਹੜੇ ਆਰਗੂਮੈਂਟ ਇਹਦੇ ਉੱਤੇ ਹੋਏ ਹੈ, ਅਤੇ ਪੁਲਿਸ ਦੇ ਨਾਲ ਸਾਡੇ ਆਰਗੂਮੈਂਟ ਜਿਹੜੇ ਜੱਜ ਸਾਹਿਬ ਨੇ ਸੁਣੇ ਆ, ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ, ਅਸੀਂ ਆਪਣਾ ਪੱਖ ਰੱਖਿਆ, ਔਰ ਸਾਡੇ ਪੱਖ ਨਾਲ ਸਹਿਮਤ ਹੁੰਦੇ ਹੋਏ ਜੱਜ ਸਾਹਿਬ ਨੇ ਇਹਨੂੰ ਜਿਹੜੀ ਬੇਲ ਗ੍ਰਾਂਟ ਕਰਤੀ 40,000 ਰੁਪਏ ਦੇ ਮੁਚਲਕੇ ਦੇ ਉੱਤੇ। ਕੱਲ੍ਹ ਇਹਨੂੰ ਬੇਲ ਗ੍ਰਾਂਟ ਹੋਈ ਸੀ ਔਰ ਅੱਜ ਇਹਦੇ ਬੇਲ ਬੌਂਡ ਫਰਨਿਸ਼ ਕੀਤੇ ਗਏ ਆ, ਔਰ ਬੇਲ ਬੌਂਡ ਅੱਜ ਸ਼ਾਮ ਨੂੰ ਇਹ ਥੋੜ੍ਹੀ ਦੇਰ ਤੱਕ ਹੀ ਜੇਲ੍ਹ ਦੇ ਵਿੱਚੋਂ ਰਿਲੀਜ਼ ਹੋ ਜਾਊਗਾ। ਗੁਰਵੰਤ ਸਿੰਘ ਬੇਸਿਕਲੀ ਕਿੱਥੋਂ ਦਾ ਰਹਿੰਦਾ? ਜਿਹੜਾ ਗੁਰਵੰਤ ਸਿੰਘ ਹੈ ਬੇਸਿਕਲੀ ਸਾਹਮਣੇਵਾਲ ਪਿੰਡ ਹੈ ਜੀ ਲੁਧਿਆਣੇ ਦੇ ਵਿੱਚ, ਉੱਥੇ ਦਾ ਰਹਿਣ ਵਾਲਾ ਆ, ਅਤੇ ਡਰਾਈਵਰੀ ਦੇ ਮੂਲ ਰੂਪ 'ਚ ਕੰਮ ਕਰਦਾ ਆ। ਜਿਹੜਾ ਕਿ ਇਹਨੂੰ ਇਸ ਕੇਸ ਦੇ ਵਿੱਚ ਝੂਠਾ ਹੀ ਫਸਾਇਆ ਗਿਆ, ਕੋਈ ਇਹਦਾ ਕੋਈ ਲੈਣ ਦੇਣ ਸੀਗਾ ਨਹੀਂ ਬਹੁਤਾ, ਜਿਹੜਾ ਕਿ ਪੁਲਿਸ ਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕੁਛ ਨਹੀਂ ਇਹਦੇ ਖਿਲਾਫ ਆਇਆ। ਪੰਜਾਬ ਦੀ ਪਹਿਲੀ ਜ਼ਮਾਨਤ ਹੈ ਜੋ ਤੁਹਾਡੇ ਵੱਲੋਂ ਇਹ ਇਸ ਕੇਸ ਦੇ ਵਿੱਚ ਜੋ ਵੀ ਅੰਮ੍ਰਿਤਪਾਲ ਨਾਲ ਜੁੜਿਆ ਹੋਇਆ ਟੋਟਲੀ ਕੇਸ ਹੈ, ਫਸਟ ਬੇਲ ਹੈ ਇਹ, ਇਸ ਤੋਂ ਪਹਿਲਾਂ ਕੋਈ ਵੀ ਬੇਲ ਨਹੀਂ ਹੋਈ, ਔਰ ਪਹਿਲੀ ਬੇਲ ਜਿਹੜੀ ਹੈ ਇਸ ਕੇਸ ਦੇ ਵਿੱਚ ਕੱਲ੍ਹ ਮਨਜੂਰ ਜੱਜ ਸਾਹਿਬ ਨੇ ਗੁਰਵੰਤ ਸਿੰਘ ਦੀ ਹੀ ਕੀਤੀ। ਬਾਕੀ ਜਿਹੜੇ ਇਹਦੇ ਵਿੱਚ ਕੋਈ ਅਕਿਊਜ਼ ਨੇ, ਜਿੱਦਾਂ ਭਾਈ ਜੋਗਾ ਸਿੰਘ ਹੋਣੀ ਹੈ, ਉਹਨਾਂ ਕੱਲ੍ਹ ਤੱਕ ਦੇ ਰਿਮਾਂਡ 'ਤੇ ਹੈ, 19 ਤਰੀਕ ਨੂੰ ਉਹਨਾਂ ਨੂੰ ਦੁਬਾਰਾ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਜੇਕਰ ਕੱਲ੍ਹ ਉਹਨਾਂ ਦਾ ਰਿਮਾਂਡ ਨਹੀਂ ਫਰਦਰ ਪੁਲਿਸ ਦਿੰਦੀ ਕੋਰਟ ਦਿੰਦੀ, ਤਾਂ ਆਪਾਂ ਫਿਰ ਇਹਨਾਂ ਦੀ ਭਾਈ ਜੋਗਾ ਸਿੰਘ ਉਹਨਾਂ ਦੀ ਵੀ ਕੱਲ੍ਹ ਬੇਲ ਫਾਈਲ ਕਰਾਂਗੇ। ਇਹ ਜੱਜ ਸਾਹਿਬ ਸਿਮਰਜੀਤ ਸੋਹੀ ਜੀ ਨੇ, ਹਾਂਜੀ, ਉਹਨਾਂ ਦੇ ਪੇਸ਼ ਕਰਨਾ ਜੀ ਇਹਨਾਂ ਨੇ, ਤਾਂ ਉਹਨਾਂ ਨੇ ਬੇਲ ਗ੍ਰਾਂਟ ਕੀਤੀ ਹੈ।